ਹਾਂਜੀ ਦੋਸਤੋ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਤੁਹਾਡਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ ਬੱਬੂ ਅਤੇ ਆਪਾਂ ਖੜੇ ਹਾਂਗੇ ਰਾਮਨਗਰ। ਅਤੇ ਬਾਈ ਆਪਣੇ ਨਾਲ ਆ, ਸਾਰੀ ਗੱਲਬਾਤ ਕਰਾਂਗੇ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਤੇ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ। ਸਤਿ ਸਤਿ ਸ਼੍ਰੀ ਅਕਾਲ ਬਾਈ। ਭਾਈ ਜੀ ਠੀਕ ਹੋ ਬਾਈ ਜੀ? ਹਾਂ, ਵਧੀਆ ਠੀਕ ਠਾਕ ਜੀ। ਠੀਕ ਹੈ ਜੀ। ਹਾਂਜੀ, ਅਤੇ ਨਾਮ ਕੀ ਹੈ ਬਾਈ ਜੀ ਆਪਣਾ? ਆਪਣਾ ਨਾਮ ਆ ਜੀ ਗੁਰਮੀਤ, ਪਿੰਡ ਰਾਮਨਗਰ, ਜ਼ਿਲ੍ਹਾ ਬਠਿੰਡਾ ਜੀ। ਠੀਕ ਹੈ ਬਾਈ ਜੀ। ਹਾਂਜੀ ਠੀਕ ਹੈ ਜੀ। ਅਤੇ ਟਰੈਕਟਰ ਦਾ ਵਪਾਰ ਕਰਦੇ ਬਾਈ ਜੀ? ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਅਤੇ ਕਿੰਨੇ ਟਰੈਕਟਰ ਅਵੇਲੇਬਲ ਹੁੰਦੇ ਬਾਈ ਜੀ ਆਪਣੇ? ਆਪਣੇ ਕੋਲ ਜੀ 5-6 ਟਰੈਕਟਰ ਹੁੰਦੇ। ਠੀਕ ਹੈ ਜੀ। ਹਾਂਜੀ। ਅਤੇ ਕਾਗਜ਼ ਪੱਤਰ ਦੇ ਬਾਈ ਜੀ? ਇੱਕ ਨਾ ਹੋਰ ਆ ਜੀ, ਆਪਣਾ ਜਿਹੜਾ ਕਾਗਜ਼ ਪੱਤਰਾਂ ਦਾ ਹਾਂਜੀ ਬਿਲਕੁਲ ਓਕੇ ਹੋਊ ਟਰੈਕਟਰ ਜੀ। ਗਰੰਟੀ? ਹਾਂਜੀ, ਇੱਕ ਹੋਰ ਆ, ਟਰੈਕਟਰ ਜਿੰਨੇ ਹੈਗੇ ਆਪਣੇ ਕੋਲ ਕਲੀਅਰ ਦੇ ਮਿਲਣਗੇ। ਕਲੀਅਰ ਮਿਲਣਗੇ, ਨਗਦ ਲੋਨ ਕੈਸ਼ ਦੇ। ਨਗਦ ਕੈਸ਼? ਹਾਂ, ਕੋਈ ਠੀਕ ਹੈ। ਆਪਾਂ ਲਾਉਣ ਦਾ ਕੰਮ ਨਹੀਂ ਕਰਦੇ, ਨਗਦ ਕੈਸ਼ ਦੀ ਟਰੈਕਟਰੀ ਲਿਆਉਂਗੇ। ਠੀਕ ਹੈ, ਨਗਦ ਦੀ ਵੇਚਦੇ? ਹਾਂ, ਨਗਦ ਦੀ ਵੇਚਦੇ। ਠੀਕ ਹੈ। ਜੇ ਵੀ ਮੰਨ ਕੇ ਚੱਲੋ ਉਂਦਾ 1-2 ਮਹੀਨੇ ਦਾ ਅਗਲੇ ਨੇ ਕਰਨਾ, ਉਹ ਅਲੱਗ ਦੀ ਗੱਲ ਹੈਗੀ ਨਾ। ਹਾਂ, ਵੀ ਕਈ ਵਾਰ ਅਗਲਾ ਕਹਿ ਦਿੰਦਾ ਗਾ ਵੀ ਸਾਨੂੰ ਟਰੈਕਟਰ ਚਾਹੀਦਾ, ਕੱਟਦੇ ਵੀ ਹੋਵੇ? ਹਾਂ, ਵਿੱਚ ਵੀ ਕੱਟ ਲਾਂਗੇ, ਵਿੱਚ ਵੀ ਕੱਟ ਜੇ ਕੋਈ ਲਾਂਗੇ ਬੰਦੇ ਕੰਡੀਸ਼ਨ ਦੇ ਕੋਲ। ਹਿਸਾਬ ਹਾਂ, ਕੰਡੀਸ਼ਨ ਦੇ ਹਿਸਾਬ ਨਾਲ ਵਿੱਚ ਵੀ ਕੱਟਿਆ ਜਾਊਗਾ। ਠੀਕ ਆ ਬਾਈ ਜੀ। ਹਾਂਜੀ, ਤੇ ਮਿਲ ਕੇ ਸਾਨੂੰ ਅੱਡੇ ਤੇ ਕਿੱਥੇ ਜਾ ਕੇ ਪਤਾ ਕਰਨ ਮਿਲਣਗੇ? ਆਪਣੇ ਨਾ ਮੰਨ ਕੇ ਚੱਲ ਵੀ ਜਦੋਂ ਵੱਡੇ ਅੱਡੇ ਤੋਂ ਆਪਾਂ ਆਉਣੇ ਆ ਜੀ, ਠੀਕ ਹੈ ਜੀ, ਤੇ ਪਿੰਡ 'ਚ ਐਂਟਰ ਹੁੰਨੇ ਆ, ਠੀਕ ਹੈ ਜੀ, ਠੀਕ ਆ, ਦੁਕਾਨਾਂ ਨਾਈਆਂ ਦੀਆਂ, ਇੱਥੇ ਮੇਨ ਮੰਨ ਕੇ ਜਾ ਬੋਹੜ ਵਾਲਾ ਵੱਜਦਾ, ਠੀਕ ਹੈ ਜੀ, ਬੋਹੜ ਕੋਲ ਆਪਣੇ ਘਰ ਆ ਜਾਂਦੇ, ਠੀਕ ਹੈ ਜੀ, ਹਾਂ, ਮੇਨ ਅੱਡੇ ਤੋਂ, ਠੀਕ ਹੈ ਜੀ। ਠੀਕ ਹੈ ਬਾਈ, ਚਲੋ ਬਾਈ ਆਪਾਂ ਪਹਿਲੇ ਟਰੈਕਟਰ ਤੋਂ ਸਟਾਰਟ ਕਰ ਦਿਆਂਗੇ ਤੇ ਨਿਊ ਹੋਲੈਂਡ ਪਲੱਸ ਵਾਲਾ ਬਾਈ ਜੀ। ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ, ਚਾਰੇ ਪਾਸੇ ਘੁੰਮ ਕੇ, ਤੇ ਫਰੰਟ ਰੇਡੀਅਲ ਟਾਇਰ ਆ ਗਏ, ਕਹਿਣ ਦੀ ਲੋੜ ਨਹੀਂ ਬਾਈ ਜੀ, ਜਮਾਂ ਨਵੇਂ ਨੇਗੇ। ਚਲੋ ਬਾਕੀ ਚੈੱਕ ਕਰ ਲਓ। ਤੇ ਮਾਡਲ ਬਾਈ ਜੀ? ਮਾਡਲ 13 ਜੀ। 13 ਮਾਡਲ? ਹਾਂਜੀ ਹਾਂਜੀ। ਲੈ ਵੀ 13 ਮਾਡਲ ਹੈਗਾ, ਤੇ ਹੁਣ ਤੁਹਾਨੂੰ ਬਾਈ ਜਿਵੇਂ ਬਾਬੇ ਨਾਨਕ ਨੇ 13-13 ਤੋਲੇ ਸੀ ਨਾ, ਸਾਰੇ ਤੁਹਾਨੂੰ 13-13 ਮਾਡਲ ਹੀ ਦਿਖਾਵਾਂਗੇ। ਤੇ 16 ਦੇ ਟਾਇਰਾਂ 'ਚ ਆ ਗਏ ਬਾਈ ਜੀ? ਹਾਂਜੀ, 16 ਦੇ। ਠੀਕ ਹੈ, 16 ਦੇ ਟਾਇਰਾਂ 'ਚ। ਤੇ ਬੈਕ ਟਾਇਰ ਕਿੰਨੇ ਕੁ ਪੈਸੇ ਪਏ ਬਾਈ ਜੀ? ਬੈਕ ਟਾਇਰ ਹੈਗਾ ਜੀ 85-90 ਪੈਸੇ। 85-90 ਪੈਸੇ? ਹਾਂਜੀ। ਠੀਕ ਆ ਬਾਈ ਜੀ, ਐਮ ਆਰ ਐਫ ਦੇ ਟਾਇਰ? ਠੀਕ ਹੈ, ਵਧੀਆ ਕੰਪਨੀ ਦੇ ਐਮ ਆਰ ਐਫ ਦੇ ਟਾਇਰ ਹੈਗੇ, ਤੇ ਫਰੰਟ ਹੈਗੇ ਬਾਈ ਜੀ JK ਦੇ। ਤੇ ਨੰਬਰ ਬਾਈ ਜੀ ਕਿੱਥੋਂ ਦਾਗਾ? ਨੰਬਰ ਹਰਿਆਣਾ ਜੀ, NOC ਮਿਲ ਜੂ। NOC ਹੱਥੋਂ ਹੱਥ? ਹਾਂਜੀ। ਠੀਕ ਹੈ ਜੀ, ਲੈ ਬਾਈ ਹੱਥੋਂ ਹੱਥ NOC ਹੈਗੇ, ਤੇ ਹਰਿਆਣਾ ਨੰਬਰ ਹੈਗਾ, ਤੇ 13 ਮਾਡਲ ਹੈ। ਤੇ ਡਿਮਾਂਡ ਬਾਈ ਜੀ? ਡਿਮਾਂਡ ਇਹਦਾ ਬਾਈ ਹੈਗਾ 4.5 ਲੱਖ ਰੁਪਈਆ। 4.5 ਲੱਖ ਹਾਂ, ਰੁਪਈਆ ਤੇ 4,35,000 ਦਾ ਟਰੈਕਟਰ ਦੇ ਦਾਂਗੇ। 4,35,000 ਦਾ? ਤੇ ਲਓ ਵੀ ਬਾਕੀ ਚੈੱਕ ਕਰ ਲਓ ਕੰਡੀਸ਼ਨ, ਬਾਕੀ ਮਾਨ ਤਾਨ ਬਾਈ ਜੀ ਜ਼ਰੂਰ ਹੋਊਗਾ ਮੌਕੇ ਤੇ ਆ ਕੇ ਬਾਈ ਨੇ ਇੱਕ ਵਾਰੀ ਤੁਹਾਨੂੰ ਦੱਸਤਾ। ਤੇ ਕੰਡੀਸ਼ਨ ਰੰਗ ਪਿੰਡ ਦਾ ਬਾਈ ਜੀ ਗੱਲ ਕਰੀਏ? ਸ਼ੋਅ ਦਾ ਰੀਜਨਲ ਆ ਟਰੈਕਟਰ ਸਾਰਾ ਜੀ। ਠੀਕ ਹੈ ਜੀ। ਹਾਂ, ਮਾੜਾ ਮੋਟਾ ਮਗਰ ਰੈਂਬ ਜ਼ਰੂਰ ਪੇਂਟ ਹੋਇਆ ਟਰੈਕਟਰ ਦੇ। ਠੀਕ ਹੈ ਜੀ। ਲਓ ਬਾਈ ਜੀ, ਹੋਰ ਵੀਰ ਹੁੰਦੇ ਨੇਗੇ, ਕਹਿ ਦਿੰਦੇ ਨੇਗੇ ਵੀ ਆਓ ਤੇ ਟਰੈਕਟਰ ਚੈੱਕ ਕਰੋ। ਠੀਕ ਆ, ਬਾਈ ਨੇ ਪਹਿਲੀ ਦੱਸਤਾ ਵੀ ਟਚਿੰਗ ਹੋਈ ਹੋਈ ਹੈਗੀ, ਵੀ ਆ ਵੀ ਅਗਲਾ ਬਾਈ ਮੌਕੇ ਤੇ ਤੇਲ ਇੱਕ ਵੀਰੇ। ਹੋਰ ਗੱਲ ਆ, ਆਪਣੇ ਕੋਲ ਟਰੈਕਟਰ ਜਿਹੜਾ ਬੰਦਾ ਵੀ ਲੈਣ ਆਵੇ, ਹਾਂਜੀ, ਬਾਹ ਕੇ ਚੈੱਕ ਕਰਕੇ ਫੇਰ ਲੈ ਕੇ ਜਾਵੇ। ਠੀਕ ਹੈ ਜੀ। ਹਾਂ, ਗਰੰਟੀ? ਸਾਨੂੰ ਕੋਈ ਚੱਕਰ ਨਹੀਂ, ਅਸੀਂ ਤੇਲ ਪਾਵਾਂਗੇ, ਖੇਤ ਲੈ ਜਾਓ, ਬਾਹ ਕੇ ਟਰੈਕਟਰ ਚੈੱਕ ਕਰਕੇ ਲੈ ਜਾਓ। ਠੀਕ ਹੈ, ਕਾਗਜ਼ਾਂ ਦਾ ਸਹੀ ਹੋਊ, ਕਾਗਜ਼ਾਂ ਪੱਖੋਂ ਕੋਈ ਮਾੜਾ ਨਹੀਂ। ਲੈ ਬਈ, ਬਾਈ ਟਰੈਕਟਰ ਵੀ ਬਾਈਆਂ ਦਾ ਹੋਊਗਾ ਤੇ ਤੇਲ ਵੀ ਬਾਈਆਂ ਦਾ ਹੋਊਗਾ, ਬਾਉਣ ਵਾਲਾ ਤੁਸੀਂ ਹੋਗੇ। ਹਾਂ, ਠੀਕ ਹੈ ਜੀ। ਤੇ ਅੱਗੇ ਆ ਗਿਆ ਬਾਈ ਜੀ ਨਿਊ ਹੋਲੈਂਡ 3630 TXT ਮਾਡਲ ਵਾਲਾ। ਠੀਕ ਹੈ ਬਾਈ ਜੀ, ਇਹ ਆ ਗਿਆ ਸੁਪਰ ਵਾਲਾ। ਤੇ ਕਿੰਨੇ ਹਾਊਸ ਪਾਵਰ ਚ ਆ ਜਾਂਦਾ ਬਾਈ ਜੀ? ਇਹ 50 ਹਾਊਸ ਪਾਵਰ ਆ ਗਿਆ ਜੀ, ਉਹ 55, ਉਹ ਪਲੱਸ ਵਾਲਾ ਆ ਗਿਆ। ਹਾਂਜੀ, ਠੀਕ ਹੈ ਜੀ। ਤੇ ਟਾਇਰ ਬਾਈ ਜੀ ਇਹਦੇ? ਟਾਇਰ ਇਹਦੇ ਵੀ 80-85% ਟਾਇਰ ਇਹਦੇ ਆ ਜੀ। ਠੀਕ ਹੈ ਜੀ। ਤੇ ਦੱਸਣ ਦੀ ਬਾਈ ਜੀ ਤੁਹਾਨੂੰ ਲੋੜ ਹੀ ਨਹੀਂ ਹੈਗੀ, ਤੇ ਪਹਿਲੇ ਹੀ ਤੁਹਾਨੂੰ ਮੈਂ ਦੱਸਤਾ ਸੀਗਾ ਮਾਡਲ ਹੈਗਾ 13। ਤੇ ਤਿੰਨੇ ਬਾਈ ਜੀ ਜਿਹੜੇ ਟਰੈਕਟਰ ਨੇ 13 ਮਾਡਲ ਨੇ। ਤੇ ਇਹ ਨੰਬਰ ਕਿੱਥੋਂ ਦਾ ਬਾਈ ਜੀ? ਇਹ ਵੀ ਹਰਿਆਣਾ ਨੰਬਰ ਹੀ ਹੈ। ਇਹ ਵੀ ਹਰਿਆਣਾ ਨੰਬਰ? ਹਾਂਜੀ ਹਾਂਜੀ। ਠੀਕ ਹੈ ਜੀ, ਹਰਿਆਣਾ ਨੰਬਰ ਆ। ਤੇ ਟਾਇਰ ਬਾਈ ਜੀ ਇਹਦੇ ਕਿੰਨੇ ਕੁ ਪੈਸੇ ਪਏ ਨੇ? ਟਾਇਰ 80-85 ਪੈਸੇ ਠੀਕ ਹੈ ਜੀ। ਤੇ ਫਰੰਟ ਬਾਈ ਜੀ? ਤੇ ਮੂਹਰਲੇ ਟਾਇਰ ਆ ਜੀ ਇਹਦੇ 60-65 ਪੈਸੇ ਜੀ। ਠੀਕ ਹੈ, 60-65 ਪੈਸੇ ਟਾਇਰ ਪਏ ਨੇਗੇ। ਤੇ ਅਗਲੇ ਤੇ 16 ਦੇ ਟਾਇਰਾਂ ਜਾਣਾ ਬਾਈ ਜੀ? ਹਾਂਜੀ, 16 ਦੇ ਟਾਇਰ। ਗੁੱਡੀਅਰ ਦੇ ਟਾਇਰ ਨੇ, ਬਾਕੀ ਬਾਈ ਪਲੇਟ ਫੋਰਮ ਵਗੈਰਾ ਦਿਖਾ ਦੇ ਜਸਪ੍ਰੀਤ, ਬਾਕੀ ਪੈਰਦਾਨ ਤੁਸੀਂ ਦੇਖ ਸਕਦੇ ਬਾਈ ਜੀ। ਤੇ ਰੰਗ ਪਿੰਡ ਦੀ ਇਹਦੀ ਗੱਲ ਕਰੀਏ ਬਾਈ ਜੀ? ਇੱਕ ਮੈਂ ਸੁਣਦਾ ਹਾਂ ਰੀਜਨਲ ਸਾਰਾ ਸ਼ੋਅ ਦਾ ਟਰੈਕਟਰ ਹੈ ਜੀ, ਥੱਲੇ ਥੱਲੇ ਕਿਤੇ ਕਲਮੇ ਹੀ ਲੱਗੀ ਟਰੈਕਟਰ। ਠੀਕ ਹੈ, ਬਾਡੀ ਲੈਣ ਦਾ ਸਾਫ਼? ਬਾਡੀ ਲੈਣ ਦਾ ਪੂਰਾ ਫੁੱਲ ਸਾਫ਼ ਹੈ ਜੀ, ਡਬਲ ਡਿਸਟ੍ਰੀਬਿਊਟਰ।
ਠੀਕ ਹੈ ਜੀ। ਲੈ ਵੀ ਪਿੱਛੋਂ ਡਿਸਟ੍ਰੀਬਿਊਟਰ ਵੀ ਹਾਂ ਦਿਖਾ ਦੇ, ਪਿੱਛੋਂ ਦਿਖਾ ਜਿਹੜੇ ਦਿਓ ਟਾਊਨ ਪਿੱਛੇ। ਮਾਡਲ ਜਿਹਾ ਹੁੰਦਾ ਨਾ ਬਾਈ ਜੀ, ਡਬਲ ਹਾਂਜੀ ਹਾਂਜੀ ਡਿਸਟ੍ਰੀਬਿਊਟਰ ਉਹ ਟਰੈਕਟਰ ਹੈ ਇਹ। ਹਾਂ ਤੇ ਡਬਲ, ਜਿਵੇਂ ਕਹਿੰਦੇ ਮਾਰਕੀਟ 'ਚ ਇਹ ਟਰੈਕਟਰ ਬਹੁਤ ਜ਼ਿਆਦਾ ਵਿਕਣ ਵਾਲਾ ਚਾਹੀਏ, ਠੀਕ ਹੈ। ਤੇ ਇਹਦੀ ਡਿਮਾਂਡ ਬਾਈ ਜੀ, ਇਹਦਾ ਵੀ 4.5 ਲੱਖ ਰੁਪਏ, ਇਹਦਾ ਵੀ 4.5 ਲੱਖ ਹਾਂਜੀ ਤੇ ਹਾਂਜੀ, ਸਾਡੇ ਸੜਾ ਬਾਈ ਜੀ 4,40,000 ਦਾ ਟਰੈਕਟਰ ਦੇ ਦਾਂਗੇ। ਠੀਕ ਹੈ ਜੀ। ਲੈ ਵੀ 10,000 ਰੁਪਏ ਦੀ ਇਹ 'ਚੋਂ ਛੂਟ ਹੈਗੀ, ਤੇ ਟਰੈਕਟਰ ਕਟਾਉਣਾ ਹੋਵੇ ਟਰੈਕਟਰ ਵੀ ਕੱਟ ਜਾਊਗਾ, ਕਿਹੜਾ ਮਰਜ਼ੀ ਟਰੈਕਟਰ ਕੱਟ ਲਵੋ, ਪੁਰਾਣਾ ਹਾਂਜੀ 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 ਨਵਾਂ ਮਾਡਲ। ਹਾਂਜੀ ਠੀਕ ਹੈ ਬਾਈ ਜੀ। ਬਾਈ ਬਾਕੀ ਫਾਈਬਰ ਦੀ ਹੁੱਡ ਲੱਗੀ ਹੋਈ ਹੈਗੀ, ਸਮਾਨ ਟਰੈਕਟਰ ਦੇ ਲੱਗਿਆ, ਘੋੜਾ ਬੰਪਰ ਲੱਗਿਆਗਾ। ਠੀਕ ਹੈ ਜੀ ਹਾਂਜੀ। ਚਲੋ ਬਾਕੀ ਚੈੱਕ ਕਰ ਲਓ, ਕੰਡੀਸ਼ਨ ਦਾ ਪੂਰਾ ਸਾਫ ਆ, ਹਰਿਆਣਾ ਨੰਬਰ ਚ ਹੈਗਾ, ਸੁਪਰ ਵਾਲਾ ਆ ਗਿਆ। ਤੇ ਅੱਗੇ ਵੀ TXT ਮਾਡਲ ਵਾਲਾ ਸੁਪਰ ਵਾਲਾ ਇਹ ਆ ਗਿਆ, ਤੇ ਇਹ ਵੀ ਬਾਈ ਜੀ 13 ਮਾਡਲ ਹੀ ਹੈਗਾ ਇਹ, ਬਾਕੀ ਤੁਸੀਂ ਦੇਖ ਸਕਦੇ ਹੋਗੇ। ਬੈਕ ਟਾਇਰ ਦਿਖਾ, ਜਸਪ੍ਰੀਤ ਕਹਿਣ ਦੀ ਲੋੜ ਹੀ ਨਹੀਂ, 16 ਦੇ ਜੇ ਕਿਤੇ ਵਧੀਆ ਵਾਲੇ ਟਾਇਰ ਨੇ ਬਾਈ ਜੀ, ਵਧੀਆ ਕੰਪਨੀ ਵਾਲੇ ਨਵੇਂ ਟਾਇਰ ਨੇ ਜਮਾ। ਤੇ ਫਰੰਟ ਟਾਇਰ ਬਾਈ ਜੀ ਕਿੰਨੇ ਕੁ ਪੈਸੇ ਪਏਗੇ? ਫਰੰਟ ਮੂਰਲੇ ਹੈਗੇ ਜੀ 1.5 ਟਾਇਰ, ਠੀਕ ਹੈ ਜੀ, ਮਗਰਲੇ ਨਵੇਂ ਹੈ ਜੀ, ਠੀਕ ਹੈ ਜੀ। ਤੇ ਬਾਡੀ ਲੈਣ ਦਾ ਬਾਈ ਜੀ? ਸਾਰਾ ਓਰੀਜਨਲ ਟਰੈਕਟਰ ਹੈ ਜੀ ਸਾਰਾ। ਹਾਂਜੀ ਠੀਕ ਹੈ ਜੀ। ਤੇ ਨੰਬਰ ਇਹ ਵੀ ਰਹਿਣੇ? ਇਹ ਵੀ ਹਰਿਆਣਾ ਨੰਬਰ ਹੀ ਹੈ, ਠੀਕ ਹੈ ਜੀ। ਹਰਿਆਣਾ ਨੰਬਰ ਹੀ ਹੁੰਦੇ ਨੇ ਬਾਈਆਂ ਕੋਲੇ ਜਿੰਨੇ ਵੀ ਟਰੈਕਟਰ, ਜਿੰਨੇ ਵੀ ਟਰੈਕਟਰ ਆਪਣੇ ਕੋਲ ਹਰਿਆਣਾ ਕਾਗਜ਼ ਪੱਤਰ ਸੀ ਬਾਈ ਜੀ, ਇਹ ਕਈ ਵੀਰ ਕਹਿ ਦਿੰਦੇ ਨੇ ਬਾਈ ਜੀ ਹਰਿਆਣਾ ਨੰਬਰ 'ਚ ਥੋੜਾ ਜਿਹਾ ਦਿੱਕਤ ਆਉਂਦੀ ਹੈ ਕਾਗਜ਼ ਪੱਤਰ ਦੀ, ਬਾਈ ਕਹਿੰਦਾ ਕਾਗਜ਼ ਪੱਤਰਾਂ ਦੀ 100% ਗਰੰਟੀ ਹੋਣੀ ਬਾਈ। ਟਰੈਕਟਰ ਲੈਣ ਤੋਂ ਪਹਿਲਾਂ ਫੋਟੋ ਮੰਗਵਾਓ ਕਾਪੀ ਦੀ, ਠੀਕ ਹੈ, ਪਹਿਲਾਂ ਕਾਪੀ ਚੈੱਕ ਕਰੋ ਵੀ ਕਲੀਅਰ ਦੀ ਹੈ, ਠੀਕ ਹੈ ਜੀ। ਨਗਦ ਕੈਸ਼ ਦੇ ਟਰੈਕਟਰ ਆ, ਕਲੀਅਰ ਦੇ ਮਿਲਣਗੇ, ਕਲੀਅਰ ਦੇ ਹਾਂ। ਮਿਲਣਗੇ ਜਿਹੜੇ ਬੰਦੇ ਨੇ ਫੋਟੋ ਮੰਗਾਉਣੀ ਆ, ਪਹਿਲਾਂ ਕਾਪੀ ਦੀ ਫੋਟੋ ਭੇਜਾਂਗੇ, ਪਹਿਲਾਂ ਪੁੱਛੋ ਵੀ ਕਲੀਅਰ ਦਾ ਗਾ, ਫੇਰ ਆਓ, ਠੀਕ ਹੈ ਜੀ। ਇੰਨੀ ਤਸੱਲੀ ਆ ਆਪਣੀ ਕਾਪੀ। ਇੱਕ ਨੰਬਰ ਕੰਮ ਹੈਗਾ ਬਾਈ ਦਾ, ਇਹ ਨਹੀਂ ਹੈਗਾ ਬਾਈ ਜੀ ਗੇੜਾ ਮਰਵਾਇਆ, ਇਹਦੋਂ ਬਾਅਦ ਚ ਆ ਚੀਜ਼ ਕੋਈ ਹੋਰ ਸੀ ਨਿਕਲੀ ਕੁਛ ਹੋਰ ਹੈ ਨਾ। ਹਾਂ ਠੀਕ ਹੈ ਜੀ, ਇੱਥੇ ਆ ਕੇ ਟਰੈਕਟਰ ਤੇ ਲਾਉਣ ਨਿਕਲ ਜੇ, ਠੀਕ ਵੀ ਪਹਿਲਾਂ ਦਾ ਕਾਪੀ ਦਾ ਸਹੀ ਟਰੈਕਟਰ ਨਿਕਲੋ, ਠੀਕ ਹੈ ਜੀ। ਬਾਅਦ ਕੇ ਚੈੱਕ ਕਰਕੇ ਉਹ ਤੁਸੀਂ ਲੈ ਜਾਣਾ ਬਾਅਦ ਕੇ। ਹਾਂ ਇੱਕ ਵਾਰੀ ਬਾਈ ਜੀ ਜਦੋਂ ਆਓਗੇ ਆਲਾ ਟਰੈਕਟਰ ਚੈੱਕ ਕਰਕੇ ਜ਼ਰੂਰ ਲੈ ਕੇ ਜਾਇਓ, ਕਿਉਂਕਿ ਇਹ ਤੋਂ ਬਾਅਦ ਚ ਆਲਾ ਕਹਿੰਦਾ ਬਈ ਐਵੇਂ ਸੀਗਾ ਫਲਾਣਾ ਸੀਗਾ, ਇੱਕ ਵਾਰੀ ਚੈੱਕ ਜੋ ਮੈਂ ਕਹਿੰਦਾ ਵੀ ਸਾਰਾ ਦਿਨ ਬਾਹ ਲਓ, ਕੋਈ ਸਾਰਾ ਦਿਨ ਬਾਹ ਲਓ, ਉਰੇ ਸਾਡਾ ਗਾ, ਕਰੇ ਗਿਆ ਤੁਹਾਡਾ ਗਾ, ਠੀਕ ਹੈ ਬਾਈ ਜੀ। ਤੇ ਇਹਦੇ ਡਿਮਾਂਡ ਬਾਈ ਜੀ? ਇਹਦਾ ਵੀ 4.5 ਲੱਖ, ਇਹਦਾ ਵੀ 4.5 ਲੱਖ ਰੁਪਇਆ, ਠੀਕ ਹੈ ਬਾਈ। ਤਿੰਨ ਟਰੈਕਟਰ ਤੁਹਾਨੂੰ, ਇਹ ਵੀ 4,40,000 ਦਾ ਟਰੈਕਟਰ, ਠੀਕ ਹੈ, ਇਹ ਵੀ 4,40,000 ਦਾ, ਇਹ ਵੀ 4,40,000 ਦਾ, ਉਹ 4,35,000 ਦਾ ਹੈ ਨਾ ਬਾਈ ਜੀ, ਠੀਕ ਹੈ ਬਾਈ ਜੀ। ਤੇ ਇਹਨਾਂ ਤੋਂ ਬਿਨਾਂ ਬਾਈ ਹੋਰ ਟਰੈਕਟਰ ਤਾਂ ਨਹੀਂ ਹੈਗੇ ਆਪਣੇ ਕੋਲੇ? ਨਹੀਂ ਹੋਰ ਹੈ ਜੀ, ਠੀਕ ਹੈ ਬਾਈ ਜੀ। ਤੇ ਮਿਲ ਕੇ ਸਨ ਬਾਈ ਜੀ, ਇੱਕ ਵਾਰੀ ਹੋਰ ਦੱਸ ਦਿਓ ਤੇ ਮੋਬਾਈਲ ਨੰਬਰ ਕੀ? ਪਿੰਡ ਰਾਮਨਗਰ ਆ ਜੀ, ਠੀਕ ਹੈ ਜੀ, ਜ਼ਿਲ੍ਹਾ ਬਠਿੰਡਾ, ਠੀਕ ਹੈ ਜੀ, ਬਾਰਡ ਮੰਡੀ ਦੇ ਕੋਲੇ ਪਿੰਡ ਆ ਜੀ, ਠੀਕ ਹੈ ਜੀ। ਤੇ ਮੋਬਾਈਲ ਨੰਬਰ ਜੀ? ਮੋਬਾਈਲ ਨੰਬਰ 6268098726, ਠੀਕ ਹੈ ਬਾਈ ਜੀ, ਠੀਕ ਹੈ ਬਾਈ ਜੀ, ਬਹੁਤ ਬਹੁਤ ਧੰਨਵਾਦ ਗੱਲ ਕਰਕੇ ਬਹੁਤ। ਤੇ ਲਓ ਬਾਈ ਜੀ, ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ, ਤੇ ਮਿਲਦੇ ਕਿਸੇ ਨਵੀਂ ਵੀਡੀਓ, ਤਦ ਤੱਕ ਲਈ ਬਾਈ ਜੀ ਧੰਨਵਾਦ।